ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕਿਵੇਂ ਹੋ ਸਾਰੇ? ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਲਓ ਜੀ, ਸਵੇਰ ਦੇ ਵੱਜ ਗਏ ਨੇ 7:15 ਅਤੇ ਆਪਾਂ ਅੱਜ ਜਲਦੀ ਜਲਦੀ ਘਰ ਦੇ ਜਿਹੜੇ ਸਾਰੇ ਕੰਮ ਖਤਮ ਕਰ ਲਏ, ਝਾੜੂ ਪੋਚਾ ਹੋ ਗਿਆ, ਇੱਕ ਬੇਟੀ ਸੁੱਤੀ ਪਈ ਆ ਹਾਲੇ ਆਪਣੀ, ਅਤੇ ਕਿਚਨ ਦਾ ਬਸ ਆਪਣੀ ਖੱਲੀ ਰੋਟੀ ਰਹਿ ਗਈ ਬਣਾਉਣਾ ਨਹੀਂ, ਅਤੇ ਝਾੜੂ ਪੋਚਾ ਹੁੰਦਾ ਹੈ ਨਾ ਮੇਨ, ਉਹ ਖਰਾਬ ਹੋ ਗਿਆ ਸਾਰਾ। ਹੁਣ ਉੱਧਰ ਆਉਣਾ ਸ਼ੋਪ ਦੇ ਪਾਸ। ਹਾਂਜੀ, ਇੱਥੇ ਅਸੀਂ ਘਰ ਦੇ ਕੰਮ ਸਾਰੇ ਖਤਮ ਕਰਨ ਤੋਂ ਬਾਅਦ ਤਕਰੀਬਨ ਇੱਥੇ ਟਾਈਮ ਹੋ ਗਿਆ ਸੀ 9:30 ਪੌਣੇ 9 ਦਾ ਟਾਈਮ ਹੋ ਗਿਆ ਸੀਗਾ, ਅਤੇ ਸ਼ਾਇਦ ਪਤਾ ਨਹੀਂ 9 ਵੱਜ ਗਈ ਸੀ, ਹੈ ਨਾ। ਅਤੇ ਰੋਟੀ ਪਾਣੀ ਹੋ ਗਿਆ ਸਾਡਾ, ਖਾਣ ਪੀਣ ਬੱਚਿਆਂ ਨੂੰ ਖਵਾ ਕੇ ਕਿਚਨ ਵਗੈਰਾ ਵੀ ਕਲੀਨ ਕਰਤਾ ਸੀ ਐਨ ਚੰਗੀ ਤਰ੍ਹਾਂ, ਅਤੇ ਫਿਰ ਮੈਂ ਲੱਗੀ ਸੀਗੀ ਰੂਮ ਸਾਫ਼ ਕਰਨ। ਬਹੁਤ ਦਿਨਾਂ ਤੋਂ ਨਾ ਮੈਂ ਸੋਚ ਰਹੀ ਸੀ, ਮੈਂ ਕਿਹਾ ਰੂਮ ਦੀ ਨਾ ਕਲੀਨਿੰਗ ਕਰੀਏ, ਅਤੇ ਆਪਣੇ ਮਨ 'ਚ ਤਾਂ ਬੋਝ ਜਿਹਾ ਹੋ ਜਾਂਦਾ ਨਾ ਜਦੋਂ ਆਪਾਂ ਕੋਈ ਕੰਮ ਆਪਣੇ ਮਨ 'ਚ ਚਾਹ ਜੇ ਵੀ ਆਪਾਂ ਇਹ ਕੰਮ ਕਰਨਾ, ਜਿੰਨਾ ਚਿਰ ਆਪਾਂ ਉਹ ਕੰਮ ਖਤਮ ਨਹੀਂ ਕਰਦੇ ਆਪਣੇ ਮਨ 'ਤੇ ਨਾ ਭਾਰ ਜਿਹਾ ਬਣਿਆ ਰਹਿੰਦਾ। ਅਤੇ ਫਿਰ ਮੈਂ ਵੀ ਅੱਜ ਦੋਨੇ ਬੇਟੀਆਂ ਲੱਗੀਆਂ ਮੇਰੇ ਨਾਲ, ਅਤੇ ਤੀਜੀ ਮੈਂ, ਤਿੰਨੇ ਅਸੀਂ ਮਾਵਾਂ ਧੀਆਂ ਨੇ ਰਲ ਕੇ ਕੀਤੀ ਰੂਮ ਦੀ ਕਲੀਨਿੰਗ। ਅਤੇ ਇੱਥੇ ਬਸ ਬੈੱਡਾਂ ਦੇ ਗੱਦੇ ਵਗੈਰਾ ਆਪਾਂ ਚੱਕ ਕੇ ਧੁੱਪੇ ਪਾ ਆਵਾਂਗੇ, ਅਤੇ ਹੁਣ ਧੁੱਪ ਲੱਗ ਜੂ ਹੈ ਨਾ ਥੋੜ੍ਹੀ ਜਿਹੀ ਉਹਨਾਂ ਨੂੰ। ਅਤੇ ਬਾਕੀ ਜਿਹੜੀ ਦਰੀ ਵਿਛੀ ਹੁੰਦੀ ਆ ਵੱਡੇ ਬੈੱਡ 'ਤੇ, ਮੈਂ ਨਾ ਜਿਹੜੇ ਜੁਆਇੰਟ ਹੁੰਦੇ ਉਹਨਾਂ 'ਤੇ ਦਰੀ ਜੀ ਵਿਛਾ ਕੇ ਰੱਖਦੇ ਹੈਗੇ, ਜਿਹੜੇ ਗਰਦਾ ਵਗੈਰਾ ਹੁੰਦਾ ਆਪਣੇ ਵਿੱਚ ਨਹੀਂ ਜਾਂਦਾ ਹੈਗਾ ਬੈੱਡਾਂ 'ਚ, ਅਤੇ ਉਹ ਮੈਂ ਪਾਤੇ ਸੀ ਮਸ਼ੀਨ ਦੇ ਵਿੱਚ ਧੋਣੀ। ਮੈਂ ਕਿਹਾ ਜਿੰਨਾ ਚਿਰ 'ਚ ਆਪਾਂ ਰੂਮ ਸਾਫ਼ ਕਰਾਂਗੇ ਉਨਾ ਟਾਈਮ 'ਚ ਧੋਤੀ ਜਾਊ, ਅਤੇ ਨਾਲ ਦੀ ਨਾਲ ਸੁੱਕ ਵੀ ਜਾਊ। ਜਦੋਂ ਆਪਾਂ ਸਾਰੀ ਆਪਣੀ ਕਲੀਨਿੰਗ ਹੋ ਗਈ ਅਤੇ ਆਪਾਂ ਚੰਗੀ ਤਰ੍ਹਾਂ ਸਾਰੀ ਫਿਰ ਤੋਂ ਆਪਾਂ ਸੈਟਿੰਗ ਕਰ ਦਾਂਗੇ, ਹੈ ਨਾ, ਦਰੀ ਵਗੈਰਾ ਵਿਛਾ ਦਾਂਗੇ। ਅਤੇ ਇੱਥੇ ਜਿਹੜਾ ਗੱਦਾ ਸੀਗਾ ਸਿੰਗਲ ਬੈੱਡ ਵਾਲਾ, ਇਹ ਵੀ ਮੈਂ ਉਤਾਰ ਕੇ ਨਾ ਕਵਰ ਉਤਾਰ ਕੇ ਨਾ ਇਹ ਵੀ ਧੋਣਾ ਪਾਤਾ ਸੀਗਾ ਮਸ਼ੀਨ ਦੇ ਵਿੱਚ। ਮੈਂ ਕਿਹਾ ਇੱਕ ਵਾਰੀ ਇਹ ਵੀ ਧੋ ਹੀ ਦੇਵਾਂਗੇ। ਹਨੇਰੀਆਂ ਨਾ ਸੱਚੀ ਬਹੁਤ ਜ਼ਿਆਦਾ ਆਈਆਂ, ਹਨੇਰੀਆਂ ਨਾਲ ਨਾ ਸਾਡੇ ਜਿਹੜਾ ਗਰਦਾ ਅੰਦਰ ਦੀ ਸਾਈਡ ਬਹੁਤ ਜ਼ਿਆਦਾ ਆਉਂਦਾ, ਬਹੁਤ ਜ਼ਿਆਦਾ ਗਰਦਾ ਆਉਂਦਾ ਗਾ। ਅਤੇ ਗੱਦੇ ਵੀ ਆਪਾਂ ਲੱਗ ਗਿਆ ਰੂਮ ਦੀ ਸਫਾਈ ਕਰਨ, ਡੀਪ ਕਲੀਨਿੰਗ ਕਰਨ, ਸਾਰਾ ਗੱਦੇ ਗੁੱਦੇ ਆਪਾਂ ਨੇ ਕੱਢਤੇ ਨੇ ਬਾਹਰੇ, ਅਤੇ ਦਰੀ ਜਿਹੜੀ ਇੱਥੇ ਬੈੱਡ 'ਤੇ ਵਿਛੀ ਹੋਈ ਸੀਗੀ ਉਹ ਆਪਾਂ ਨੇ ਧੋਣੀ ਪਾਤੀ ਮਸ਼ੀਨ ਦੇ ਵਿੱਚ। ਜ਼ਿਆਦਾ ਤਾਂ ਇੰਨਾ ਗਰਦਾ ਨਹੀਂ ਹੈਗਾ, ਕਿਉਂਕਿ ਇੱਕ ਵਾਰ ਪਹਿਲਾਂ ਨਾ ਮੈਂ ਛੱਤਾਂ ਵਗੈਰਾ ਸਾਰੀਆਂ ਸਾਫ਼ ਕਰਤੀਆਂ ਸੀਗੀਆਂ, ਜਾਲੇ ਵਗੈਰਾ ਬਿਲਕੁਲ ਵੀ ਨਹੀਂ ਹੈਗੇ, ਬਸ ਬੈੱਡ ਦੇ ਨੀਚੋਂ ਹੋਣਗੇ ਥੋੜ੍ਹਾ ਜਿਹਾ। ਆਪਾਂ ਬੈੱਡ ਰਿਸਕਾ ਕੇ ਨਾ ਝਾੜੂ ਵਗੈਰਾ ਨਹੀਂ ਚੰਗੀ ਤਰ੍ਹਾਂ ਵੱਜਦਾ ਹੈਗਾ ਜਦੋਂ ਆਪਾਂ ਸਾਫ਼ ਕਰਦੇ ਹਾਂ ਝਾੜੂ ਵਗੈਰਾ ਲਗਾਉਂਦੇ ਹਾਂ ਨਾ, ਅਤੇ ਹੁਣ ਬਸ ਬੈੱਡ ਇੱਧਰ ਉੱਧਰ ਰਿਸਕਾ ਕੇ ਸਾਰੇ ਮੇਰੇ ਨਾ ਖਜਰੇ ਸਾਰੇ ਪੈ ਗਏ ਬੰਦੇ ਚੰਗੇ, ਅਤੇ ਸਾਰੇ ਨਾ ਝਾੜੂ ਵਗੈਰਾ ਲਗਾ ਕੇ ਐਨ ਚੰਗੀ ਤਰ੍ਹਾਂ ਆਪਾਂ ਪੋਚਾ ਲਗਾ ਲਾਂਗੇ, ਅਤੇ ਫਿਰ ਆਪਾਂ ਗੇਟ ਵਗੈਰਾ ਨੇ ਜਿਹੜੀਆਂ ਉਹ ਸਾਫ਼ ਕਰ ਦਾਂਗੇ ਸਾਰੇ। ਚਲੋ ਜੀ, ਲੱਗਦੇ ਆਪਾਂ ਅੱਜ ਰੂਮ ਦੀ ਡੀਪ ਕਲੀਨਿੰਗ ਕਰਨ, ਅਤੇ ਜਾ ਕੇ ਬਣੇ ਰਹੋ ਆਪਣੇ ਬਲਾਓ ਦੇ ਨਾਲ। ਹਾਂਜੀ, ਇੱਥੇ ਬਸ ਸੀ ਨਾ, ਪਹਿਲਾਂ ਤਾਂ ਜਿਹੜੇ ਪਰਦੇ ਵਗੈਰਾ ਸੀਗੇ ਉਹ ਸਾਰੇ ਉਤਾਰਤੇ, ਅਤੇ ਪਹਿਲਾਂ ਜਿਹੜੇ ਸਾਹਮਣੇ ਦਿਖ ਰਹੇ ਨੇ ਉਹ ਰਹਿ ਗਏ ਸੀਗੇ ਪਰਦੇ ਉਤਾਰ ਨਾਲ, ਇਹ ਵੀ ਬਸ ਆਪਾਂ ਡਰੈਸਿੰਗ ਟੇਬਲ ਇੱਥੇ ਸਾਈਡ 'ਤੇ ਕਰਕੇ ਉਹ ਉਤਾਰ ਦਾਂਗੇ। ਇੱਥੇ ਮੈਂ ਨਾ ਕੱਢ ਕੇ ਪਹਿਲਾਂ ਦੇਖ ਰਹੀ ਸੀ, ਮੈਂ ਕਿਹਾ ਵੀ ਇਹ 'ਚੋਂ ਵੀ ਸਮਾਨ ਕੱਢਾਂ ਜਾਂ ਫਿਰ ਕਿਵੇਂ ਕਰਾਂ, ਹੈ ਨਾ। ਫਿਰ ਮੈਂ ਸੋਚਿਆ, ਮੈਂ ਕਿਹਾ ਚਲੋ ਪਹਿਲਾਂ ਆਪਾਂ ਉੱਪਰਲੀ ਜਿਹੜੀ ਕਲੀਨਿੰਗ ਆ ਅਤੇ ਨੀਚੇ ਵਾਲੀ ਆਪਾਂ ਉਹ ਕਰ ਦਈਏ, ਵੀ ਚਲੋ ਜੇ ਤਾਂ ਬਰੀਕੀ ਕੰਮ ਆ ਨਾ ਡਰੈਸਿੰਗ ਟੇਬਲ ਦੇ ਵਿੱਚ ਕਰਦਾ ਤਾਂ ਵਗੈਰਾ ਨਹੀਂ ਹੈਗਾ, ਬਸ ਥੋੜ੍ਹੀ ਜਿਹੀ ਸੈਟਿੰਗ ਕਰਨ ਵਾਲੀ ਹੁੰਦੀ ਆ ਆਪਣੇ ਸਮਾਨ ਦੀ, ਹੈ ਨਾ। ਅਤੇ ਮੈਂ ਕਿਹਾ ਇਹ ਚਲੋ ਆਪਾਂ ਇੱਕ ਦਿਨ ਬਾਅਦ 'ਚ ਕਰ ਦਾਂਗੇ ਜਾਂ ਫਿਰ ਇਹ ਕਲੀਨਿੰਗ ਹੋਣ ਤੋਂ ਬਾਅਦ ਸ਼ਾਮ ਨੂੰ ਕਰ ਦਾਂਗੇ। ਅਤੇ ਇਹ ਦੇਖੋ, ਇੱਥੇ ਨਾਲ ਮੇਰੀ ਬੇਟੀ ਲੱਗੀ ਹੋਈ ਹੈ ਵੱਡੀ ਵੀ, ਅਤੇ ਦੂਜੀ ਬਹੁਤ ਜ਼ਿਆਦਾ ਹੈਲਪ ਕਰਵਾਉਂਦੀਆਂ ਇਹ ਮੇਰੇ ਨਾਲ। ਇੱਥੇ ਜਿਹੜਾ ਡਰੈਸਿੰਗ ਟੇਬਲ ਰੱਖਿਆ ਹੋਇਆ, ਮੈਂ ਨਾ ਪਹਿਲਾਂ ਇਹਨੂੰ ਸਾਈਡ 'ਤੇ ਕਰੂੰ, ਉਧਰਲੀ ਸਾਈਡ ਵਿੰਡੋ ਆ ਨਾ, ਵਿੰਡੋ ਦੇ ਵਿੱਚ ਬਹੁਤ ਜ਼ਿਆਦਾ ਗਰਦਾ ਸੀਗਾ, ਉੱਧਰੋਂ ਜਿਹੜਾ ਆ ਕੇ ਨਾ ਉੱਥੇ ਜੇ ਫਸ ਜਾਂਦਾ ਗਰਦਾ ਸਾਰਾ। ਅਤੇ ਮੈਂ ਕਿਹਾ ਡਰੈਸਿੰਗ ਟੇਬਲ ਸਾਈਡ 'ਤੇ ਕਰਕੇ ਰੱਖ ਦਈਏ ਪਹਿਲਾਂ ਆਪਾਂ, ਅਤੇ ਸਾਰੀਆਂ ਜਿਹੜੀਆਂ ਇਹ ਵਿੰਡੋ ਨੇ ਇਹ ਸਾਰੀਆਂ ਆਪਾਂ ਇਹਨਾਂ ਨੂੰ ਕਲੀਨ ਕਰ ਦਾਂਗੇ। ਇੱਥੇ ਸਾਡਾ ਨਾ ਪਹਿਲਾਂ ਵਿੰਡੋ ਏ ਸੀ ਲੱਗਿਆ ਹੁੰਦਾ ਸੀ, ਉਹ ਉਤਾਰਨ ਜਦੋਂ ਲਾਇਆ ਨਾ, ਇੱਥੇ ਜਿਹੜੀਆਂ ਆਪਣੀਆਂ ਲੱਗੀਆਂ ਹੁੰਦੀਆਂ ਨਾ ਪੈਪਾਂ ਦੀਆਂ, ਉਹ ਕਢਵਾਤੀਆਂ ਸੀਗੀਆਂ ਉਸ ਟਾਈਮ, ਉਹ ਕਢਵਾਉਣ ਦਾ ਕਰਕੇ ਨਾ ਤਾਂ ਹੁਣ ਇੱਥੇ ਕੋਈ ਵਿੰਡੋ ਲੱਗ ਸਕਦੀਆਂ, ਹੈ ਨਾ। ਅਤੇ ਜਦੋਂ ਬਸ ਏ ਸੀ ਲਾ ਤਾਂ, ਪਹਿਲਾਂ ਤਾਂ ਏ ਸੀ ਨਾਲ ਇਹ ਚੀਜ਼ ਕਵਰ ਹੋਈ ਪਈ ਸੀ, ਜਦੋਂ ਹੁਣ ਏ ਸੀ ਲਾ ਤਾਂ ਹੁਣ ਇਹ ਬਿਲਕੁਲ ਹੀ ਇੱਦਾਂ ਹੋਈ ਪਈ ਆ। ਅਤੇ ਹੁਣ ਇੱਥੇ ਸੋਚ ਰਿਹਾ ਵੀ ਇੱਥੇ ਕੁਛ ਨਾ ਕੁਛ ਲਗਵਾ ਦਈਏ, ਹੈ ਨਾ।
ਅਤੇ ਬਸ ਇੱਥੇ ਮੈਂ ਲੱਗੀ ਸੀ ਉੱਪਰੋਂ ਇੱਕ ਵਾਰੀ ਛੱਤ ਸਾਫ਼ ਕਰਦੀ, ਮੈਂ ਕਿਹਾ ਹੁਣ ਲੱਗੇ ਤਾਂ ਹੈਗੀਆਂ, ਵੈਸੇ ਤਾਂ ਇੱਕ ਦਿਨ ਪਹਿਲਾਂ ਮੈਂ ਕਰਿਆ ਸੀ ਤਕਰੀਬਨ 5-4 ਦਿਨ ਹੀ ਹੋਏ ਆ, ਅਤੇ ਫਿਰ ਵੀ ਮੈਂ ਕਿਹਾ ਇੱਕ ਵਾਰੀ ਨਾ ਜਿਹੜਾ ਆਪਣਾ ਬ੍ਰੱਸ਼ ਹੁੰਦਾ ਇੱਕ ਵਾਰੀ ਸਾਰੇ ਕੰਧਾਂ ਅਤੇ ਖੂੰਜਿਆਂ 'ਚ ਆਪਾਂ ਸਾਰੇ ਐਨ ਚੰਗੀ ਤਰ੍ਹਾਂ ਕਰਦੀ ਵੀ ਕਿਹੜਾ ਕੰਮ ਹੈ ਨਾ ਆਪਾਂ ਰੋਜ਼ ਰੋਜ਼ ਕਰ ਸਕਦੇ, ਵੀ ਹੁਣ ਤਾਂ ਚਲੋ ਆਪਾਂ ਸਮਾਨ ਸਾਰਾ ਬਾਹਰ ਕੱਢਿਆ ਵਾ ਅਤੇ ਆਪਾਂ ਜਿਹੜੀ ਚੰਗੀ ਤਰ੍ਹਾਂ ਕਲੀਨਿੰਗ ਆ ਹੁਣ ਸਮਾਰ ਕੀ ਕਰ ਦਈਏ ਹੈ ਨਾ। ਅਤੇ ਇੱਥੇ ਜਿਹੜਾ ਸਾਹਮਣੇ ਉਹ ਟੀ ਵੀ ਸੁਣ ਦੇਖ ਰਹੇ, ਇਹਨਾਂ ਦੇ ਪਾਪਾ ਨਾ ਇੱਥੋਂ ਚੱਕਣ ਨਹੀਂ ਦਿੰਦੇ ਹੈਗੇ, LED ਲਿਆਉਣ ਤੋਂ ਪਹਿਲਾਂ ਸੀਗਾ TV, ਅਤੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਜਾਂ ਤਾਂ ਤੁਸੀਂ ਸ਼ੋਪ 'ਤੇ ਲੈ ਜਾਓ ਹੈ ਨਾ, ਅਤੇ ਬਸ ਉਹਨਾਂ ਨੇ ਲਿਜਾਣ ਦੀ ਵੀ ਘੋਲ ਕਰਕੇ ਇਹ ਇੱਥੇ ਹੀ ਪਿਆ ਗਾ। ਮੈਂ ਕਿਹਾ ਜੇ ਕਿਤੇ ਚੱਕ ਕੇ ਹੋਰ ਰੱਖਾਂਗੇ ਹੈ ਨਾ, ਇਹ ਵਾਰ ਟੁੱਟ ਟੱਟ ਨਾ ਜਾਵੇ, ਚਲੋ ਹੁਣ ਤਾਂ ਪਿਆ ਹੈ ਨਾ ਇੱਕ ਜਗ੍ਹਾ 'ਤੇ ਟਿਕਿਆ। ਅਤੇ ਦੇਖੋ ਇੰਨਾ ਜ਼ਿਆਦਾ ਕਰਦਾ ਸੀ ਨਾ, ਇੰਨਾ ਵਿੰਡੋਆਂ ਦੇ ਵਿੱਚ ਬਹੁਤ ਜ਼ਿਆਦਾ ਕਰਦਾ। ਇੱਕ ਜਿਹੜਾ ਆਪਣੇ ਪਿੱਛੋਂ ਨਾ ਜਾਲ ਵਾਲੀ ਜਗ੍ਹਾ ਛੱਡੀ ਹੋਈ ਆ, ਉਹ ਬਿਲਕੁਲ ਓਪਨ ਹੀ ਆ, ਉੱਥੇ ਕੁਛ ਵੀ ਨਹੀਂ ਪਾਇਆ ਹੋਇਆ ਹੈਗਾ, ਫੈਬਰ ਵਗੈਰਾ ਨਹੀਂ ਪਾਈ ਹੋਈ। ਅਤੇ ਇੱਥੇ ਬੇਟੀ ਦਾ ਮੈਂ ਸਿਰ ਟਕਵਾਇਆ, ਮੈਂ ਕਿਹਾ ਗਰਦਾ ਬਹੁਤ ਜ਼ਿਆਦਾ ਹੁੰਦਾ, ਵੀ ਇੱਕ ਵਾਰੀ ਨਾ ਵਾਲਾਂ 'ਚ ਪੈ ਗਿਆ ਫਿਰ ਉਹ ਗਰਦਾ ਜਿਹਾ ਸਹੀ ਨਹੀਂ ਆਉਂਦਾ ਹੈ ਨਾ, ਪਸੀਨੇ ਜੇ ਨਾਲ ਵਿੱਚ ਹੀ ਜੰਮ ਜਾਂਦਾ ਵਾ। ਅਤੇ ਇੱਕੋ ਸਾਹਮਣੇ ਗੇਟ ਵੀ ਦੇਖੋ ਹੈ ਨਾ, ਇਹ ਵੀ ਨਾ ਸਾਡਾ ਉੱਪਰ ਜਾਲ ਦਾ ਕਰਕੇ ਜਿਹੜਾ ਗੇਟ ਦਾ ਇਹ ਹਾਲ ਹੋਇਆ ਵਾ। ਅਤੇ ਜਦੋਂ ਮੀਂਹ ਵਗੈਰਾ ਆਉਂਦਾ ਨਾ ਇੱਥੇ ਬਾਛੜ ਜਾਂ ਛੱਟ ਜੀ ਵੱਜਦੀ ਆ ਨਾ, ਉਹਦੇ ਨਾਲ ਇਹ ਸਾਰਾ ਜਿਹੜਾ ਗੇਟ ਆ ਟੁੱਟ ਗਿਆ, ਅਤੇ ਜਿਹੜੀ ਲੱਕੜ ਆ ਨਾ ਸਾਰੀ ਵਿੱਚੋਂ ਥੋਥੀ ਜੀ ਹੋ ਗਈ, ਭੁਰਨ ਜੇ ਲੱਗ ਗਈ। ਲਓ ਜੀ ਇੱਥੇ ਮੈਂ ਲੱਗੀ ਸੀ ਸਾਰੀਆਂ ਵਿੰਡੋਆਂ, ਇੱਥੇ ਨਾ ਖੂੰਜਿਆਂ 'ਚ ਬਹੁਤ ਜ਼ਿਆਦਾ ਗਰਦਾ ਸੀਗਾ। ਮੈਂ ਬੇਟੀ ਨੂੰ ਕਿਹਾ ਮੈਂ ਕਿਹਾ ਤੂੰ ਨਾ ਚੇਅਰ ਵਗੈਰਾ 'ਤੇ ਚੜ੍ਹ ਕੇ ਨਾ ਵੀ ਉੱਪਰੋਂ ਐਨ ਚੰਗੀ ਤਰ੍ਹਾਂ ਕਰ ਸਾਫ਼ ਇੱਕ ਵਾਰੀ ਵੀ ਤੂੰ ਕਰ ਦੇ। ਤਕਰੀਬਨ ਨਾ ਇਹਨਾਂ 'ਤੇ ਇੱਕ ਇੱਕ ਵਿੰਡੋ 'ਤੇ ਵੀ ਅਸੀਂ ਨਾ ਘੱਟੋ ਘੱਟ 3-3, 4-4 ਵਾਰੀ ਕੱਪੜਾ ਮਾਰਿਆ, ਫਿਰ ਆਪਦੇ ਮਨ ਨੂੰ ਤਸੱਲੀ ਹੋਈ ਵੀ ਹਾਂਜੀ ਹੁਣ ਬਿਲਕੁਲ ਹੈ ਨਾ ਸਾਫ਼ ਹੋ ਗਿਆ। ਅਤੇ ਜਿੰਨਾ ਚਿਰ ਚੀਜ਼ ਹੈ ਨਾ ਦਿਖੀ ਜਾਵੇ ਕਰਦਾ ਜਾਂ ਆਪਾਂ ਨੂੰ ਦਿਖੀ ਜਾਵੇ, ਉਨਾ ਚਿਰ ਆਪਦਾ ਨਾ ਕੰਮ ਐਂ ਕਰ ਲਓ ਜੀ ਨਹੀਂ ਕਰਦਾ ਵੀ ਚਲੋ ਹੁਣ ਆਪਾਂ ਇਹਨੂੰ ਰਹਿਣ ਦਈਏ ਹੈ ਨਾ, ਵੀ ਚਲੋ ਛੱਡ ਦਈਏ। ਅਤੇ ਲਓ ਜੀ ਇੱਥੇ ਮੈਂ ਲੱਗੀ ਸੀ ਬੈੱਡ ਖਿਸਕਾਉਣ, ਬੈੱਡ ਸੱਚੀ ਬਹੁਤ ਔਖੇ ਖਿਸ ਗਏ, ਪਰ ਵੀਡੀਓ ਦੇ ਵਿੱਚ ਮੈਂ ਤੇਜ਼ ਕਰੇ ਹੋਏ ਹੈਗੇ, ਅਤੇ ਇੱਦਾਂ ਲੱਗਦਾ ਬਿਲਕੁਲ ਮੈਂ ਆਸਾਨੀ ਜੀ ਨਾਲ ਖਿੱਚਦੇ ਸੀ ਨਾ। ਬੈੱਡ ਜਿਹੜੇ ਹੈਗੇ ਨੇ ਸਾਡੇ ਖੁਦ ਦੇ ਘਰ ਬਣਾਏ ਹੋਏ ਨੇ, ਜਾਣੀ ਮੇਰੇ ਤਾਇਆ ਜੀਆਂ ਨੇ ਬਣਾਏ ਹੋਏ ਨੇਗੇ, ਅਤੇ ਤਾਂ ਕਰਕੇ ਮੇਰਾ ਇਹਨਾਂ ਨੂੰ ਕਈ ਵਾਰ ਕਿਹਾ ਵੀ ਆ ਹੈ ਨਾ ਇਹਨਾਂ ਦੇ ਪਾਪਾ ਨੂੰ ਮੈਂ ਵੀ ਆਪਾਂ ਇਹਨਾਂ ਨੂੰ ਉਹ ਕਰਕੇ ਹੋਰ ਲੈ ਲਈਏ। ਅਤੇ ਫਿਰ ਜਦੋਂ ਸੋਚਦੇ ਵੀ ਨਹੀਂ ਹੈ ਨਾ ਆਪਦੇ ਮਾਂ ਪਿਓ ਦੇ ਹੱਥ ਦੀ ਚੀਜ਼ ਬਣੀ ਹੋਈ ਆ ਵੀ ਨਹੀਂ ਹੈ ਨਾ, ਜਦੋਂ ਕੋਈ ਹੋਰ ਰੂਮ ਬਣ ਗਿਆ ਆਪਾਂ ਇਹਨਾਂ ਨੂੰ ਉੱਥੇ ਸੈੱਟ ਕਰ ਦਾਂਗੇ, ਫਿਰ ਦੇਖਾਂਗੇ ਆਪਾਂ ਕੋਈ ਹੋਰ ਚੀਜ਼ ਨਵੀਂ ਲੈਣ ਦੀ ਵੀ ਉਹਨਾਂ ਚਿਰ ਨਹੀਂ ਉਹ ਕਰਨਾ। ਅਤੇ ਇਹ ਬਹੁਤ ਸੱਚੇ ਨਰੋਏ ਬਣੇ ਹੋਏ ਨੇ, ਇੰਨੇ ਜ਼ਿਆਦਾ ਅੱਜ ਕੱਲ੍ਹ ਤਾਂ ਜਿਹੜੇ ਆਪਾਂ ਬੈੱਡ ਵਗੈਰਾ ਬਾਜ਼ਾਰੋਂ ਲੈ ਕੇ ਆਉਂਦੇ ਹਾਂ ਨਾ ਉਹ ਤਾਂ ਬਿਲਕੁਲ ਹਲਕੇ ਜਿਹਾ ਲੱਗਿਆ ਹੁੰਦਾ ਉਹਨਾਂ 'ਤੇ, ਪਰ ਇਹ ਬਿਲਕੁਲ ਆਪਣੇ ਹੈ ਨਾ ਹੱਥੀ ਇਕੱਲੀ ਇਕੱਲੀ ਚੀਜ਼ ਉਹਨਾਂ ਨੇ ਆਪਦੇ ਹੱਥ ਨਾਲ ਤਿਆਰ ਕੀਤੀ ਹੋਏ ਨੇ। ਇਹ ਸਾਰੇ ਮੇਰਾ ਜਿਹੜਾ ਸਮਾਨ ਆ ਡਰੈਸਿੰਗ ਟੇਬਲ ਹੋ ਗਿਆ, ਬੈੱਡ ਹੋ ਗਏ, ਅਤੇ ਬਾਕੀ ਪੀੜਾ ਸੈੱਟ ਵਗੈਰਾ ਸਾਰਾ ਹੱਥੀਂ ਤਿਆਰ ਕੀਤਾ ਹੋਇਆ ਮੇਰੇ ਤਾਇਆ ਜੀਆਂ ਨੇ। ਅਤੇ ਲਓ ਜੀ ਇੱਥੇ ਸਾਰੇ ਮੈਂ ਖੂੰਜਿਆਂ ਦੇ ਵਿੱਚ ਵੀ ਐਨ ਚੰਗੀ ਤਰ੍ਹਾਂ ਜਿਹੜਾ ਝਾੜੂ ਐਨ ਚੰਗੀ ਤਰ੍ਹਾਂ ਲਗਾਉਂ, ਤਕਰੀਬਨ ਝਾੜੂ ਵੀ ਮੈਂ ਨਾ 3-4 ਵਾਰੀ ਲਗਾਇਆ, ਫਿਰ ਮੈਨੂੰ ਐਂ ਹੋਇਆ ਵੀ ਹਾਂਜੀ ਹੁਣ ਖੂੰਜੇ ਸਾਫ਼ ਨੇ। ਇੱਕ ਤਾਂ ਜਿਹੜੇ ਬੈੱਡ ਨੇ ਉਹ ਰਿਸਕ ਨਹੀਂ ਸੀ ਰਹੇ ਹੈ ਨਾ, ਮੈਂ ਇਕੱਲੀ ਸੀਗੀ ਉਹਦੇ ਕਰਕੇ ਨਾ ਮੈਨੂੰ ਕਦੇ ਉੱਧਰ ਨੂੰ ਕਰਨਾ ਪੈਂਦਾ ਸੀ ਕਦੇ ਉੱਧਰ ਨੂੰ। ਇੱਥੇ ਦੇਖੋ ਨੂਰ ਮੇਰੀ ਸੇਵਾ ਕਰ ਰਹੀ ਆ, ਹੈ ਨਾ ਮੇਰੇ ਲਈ ਪਾਣੀ ਲੈ ਕੇ ਆਈ, ਆਪ ਪੀਂਦੀ ਪੀਂਦੀ ਪਾਣੀ, ਮੰਮੀ ਨੂੰ ਕਹਿੰਦੀ ਮੰਮਾ ਲਓ ਤੁਸੀਂ ਵੀ ਪੀ ਲਓ ਪਾਣੀ। ਇਹ ਵੀ ਜਿੰਨਾ ਹੋ ਸਕਦਾ ਨਾ ਇਹ ਵੀ ਯੋਗਦਾਨ ਆਪਦਾ ਪਾ ਰਹੀ ਹੈ ਸਫਾਈ ਦੇ ਵਿੱਚ। ਅਤੇ ਇੱਥੇ ਮੈਂ ਨਾ ਬੇਟੀ ਤੋਂ ਮੰਗਵਾਇਆ ਸੀ ਬੁਰਸ਼, ਅਤੇ ਉਹ ਨਾ ਦੇਖਿਓ ਗਿੱਲਾ ਕਰਕੇ ਲਿਆਈ, ਅਤੇ ਫਿਰ ਮੈਨੂੰ ਕਿਹਾ ਮੈਂ ਕਿਹਾ ਹੁਣ ਸਾਫ਼ ਕਰਕੇ ਲੈ ਕੇ ਆਉਂ, ਵੀ ਗਿੱਲੇ ਨਾਲ ਤਾਂ ਨਾ ਜਿਹੜਾ ਗਰਦਾ ਜਿਹਾ ਹੁੰਦਾ ਵੀ ਸਾਰਾ ਵਿੱਚੀ ਖੂੰਜਿਆਂ ਦੇ ਵਿੱਚ ਉਹ ਹੋ ਜਾਣਾ ਸਾਰਾ। ਅਤੇ ਲਓ ਜੀ ਆਪਾਂ ਜਿਹੜੇ ਖੂੰਜੇ ਵਗੈਰਾ 'ਤੇ ਮਿੱਟੀ ਆ ਸਾਰੀ ਆਪਾਂ ਐਨ ਬਰੱਸ਼ ਨਾਲ ਕਰ ਦਾਂਗੇ ਸਾਫ਼। ਅਤੇ ਇੱਥੇ ਮੈਨੂੰ ਇੱਦਾਂ ਹੋ ਰਿਹਾ ਸੀ ਮੈਂ ਕਿੱਧਰੋਂ ਝਾੜੂ ਲਾਵਾਂ ਅਤੇ ਮੈਂ ਕਿੱਧਰ ਨੂੰ ਕੂੜਾ ਕੱਢਾਂ ਅਤੇ ਮੈਂ ਕਿਵੇਂ ਕਰਾਂ, ਮੈਂ ਇਹੀ ਨਾ ਸੋਚ ਸੋਚ ਕਰ ਰਹੀ ਸੀਗੀ। ਅਤੇ ਇੱਕ ਤਾਂ ਜਗ੍ਹਾ ਥੋੜ੍ਹੀ ਜਿਹਾ ਸਮਾਨ ਇੱਥੇ ਮੇਰਾ ਜ਼ਿਆਦਾ ਆ ਹੈ ਨਾ, ਜਿਵੇਂ 2 ਬੈੱਡ ਤਾਂ ਹੈਗੀ ਨਹੀਂ, ਰੂਮ ਇੰਨਾ ਵੀ ਨਹੀਂ ਵੱਡਾ ਹੈਗਾ, ਅਤੇ ਕੁਛ ਮੈਂ ਮਸ਼ੀਨ ਵੀ ਨਹੀਂ ਅੱਜ ਬਾਹਰ ਨਹੀਂ ਕੱਢੀ ਹੈਗੀ।
ਤੇ ਘਰ ਦਾ ਦੇਖੋ ਸੱਚੀ ਬੱਚਿਆਂ ਨੇ ਕੁਛ ਨਾ ਕੁਛ ਨੀਚੇ ਬੱਚਿਆਂ ਨੇ ਸਿੱਟੀ ਰੱਖਿਆ। ਬਸ ਇੱਥੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਲੱਗੀ ਸੀਗੀ ਬ੍ਰੱਸ਼ ਦੇ ਨਾਲ ਜਿਹੜੀ ਮਿੱਟੀ ਹੁੰਦੀ ਹੈ ਨਾ ਪੋਂਚਿਆਂ ਦੇ ਵਿੱਚ, ਉਹ ਲੱਗੀ ਹੋਈ ਸੀਗੀ ਮੈਂ ਸਾਫ਼ ਕਰਨ। ਅਤੇ ਜਦੋਂ ਕਰਨ ਤੋਂ ਪਹਿਲਾਂ ਤਾਂ ਇੱਦਾਂ ਲੱਗਦਾ ਸੀ ਵੀ ਕੁਛ ਇੰਨਾ ਖਾਸ ਨਹੀਂ ਹੈਗਾ, ਪਰ ਜਦੋਂ ਹੁਣ ਆਪਾਂ ਕਰਦੇ ਹਾਂ ਨਾ ਫਿਰ ਪਤਾ ਲੱਗਦਾ ਸੱਚੀ ਇੰਨਾ ਜ਼ਿਆਦਾ ਖਿਲਾਰਾ ਹੋਇਆ ਪਿਆ ਸੀ ਨਾ ਬਹੁਤ ਜ਼ਿਆਦਾ। ਅਤੇ ਹੁਣ ਚਲੋ ਕੀਤਾ ਹੀ ਆ ਨਾ, ਹੁਣ ਤਾਂ ਤਕਰੀਬਨ ਮੈਨੂੰ ਹੋ ਹੀ ਗਏ ਸੀ ਦੋ ਢਾਈ ਮਹੀਨੇ ਸ਼ਾਇਦ ਮੈਨੂੰ ਹੋ ਗਏ ਸੀ ਡੀਪਲੀ ਕਲੀਨਿੰਗ ਕਰੇ ਨੂੰ। ਅਤੇ ਬਾਕੀ ਝਾੜੂ ਵਗੈਰਾ ਆਪਾਂ ਹੈ ਨਾ ਇੰਨਾ ਆਪਾਂ ਨੂੰ ਬੈੱਡਾਂ ਦੇ ਹੇਠਾਂ ਨਹੀਂ ਪਤਾ ਹੈਗਾ, ਕਿਉਂਕਿ ਇੰਨੀ ਸਪੇਸ ਹੀ ਨਹੀਂ ਹੁੰਦੀ ਹੈਗੀ ਵੀ ਆਪਾਂ ਆਰਾਮ ਨਾਲ ਜਿਹੜਾ ਝਾੜੂ ਹੈ ਚੰਗੀ ਤਰ੍ਹਾਂ ਵੀ ਆਪਾਂ ਨੀਚੇ ਹੈ ਨਾ ਲਗਾ ਸਕੀਏ। ਅਤੇ ਇੱਥੇ ਮੈਂ ਥੋੜ੍ਹਾ ਥੋੜ੍ਹਾ ਖੁੰਜਾ ਖਾਲੀ ਕਰਕੇ ਸਾਰਿਆਂ 'ਤੇ ਲਗਾ ਦੂੰਗੀ ਐਨ ਚੰਗੀ ਤਰ੍ਹਾਂ ਪੋਚਾ। ਧੋਣ ਦਾ ਲੋਟ ਨਹੀਂ ਆਉਂਦਾ ਕਿਉਂਕਿ ਬੈੱਡ ਨੇ ਹੈ ਨਾ ਲੱਕੜਾ ਵੀ ਕਿਤੇ ਖਰਾਬ ਨਾ ਹੋ ਜਾਣ ਹੈ ਨਾ, ਫਿਰ ਐਵੇਂ ਪਛਤਾਵਾ ਜਿਹਾ ਰਹੇ ਮਨ ਨੂੰ। ਫਿਰ ਮੈਂ ਜਿੱਥੇ ਪਾਣੀ ਨਾ ਬਦਲ ਬਦਲ ਕੇ ਐਨ ਚੰਗੀ ਤਰ੍ਹਾਂ ਜਿਹੜਾ ਪੋਚਾ ਗਾ ਉਹੀ ਲਗਾ ਦੂੰਗੀ। ਹਾਂ, ਅਤੇ ਇੱਥੇ ਬਸ ਢੋ ਵਗੈਰਾ ਵੀ ਇੱਧਰ ਨੂੰ ਕਰਕੇ ਨਾ ਅਤੇ ਫਿਰ ਲਗਾਉਂਗੀ ਪੋਚਾ। ਝਾੜੂ ਵੀ ਮੈਂ ਤਕਰੀਬਨ ਦੋ ਵਾਰੀ ਲਾਇਆ ਇੱਕ ਇੱਕ ਜਗ੍ਹਾ 'ਤੇ, ਵੀ ਕਿਤੇ ਹੈ ਨਾ ਕੋਈ ਮਾੜਾ ਮੋਟਾ ਵੀ ਨਾ ਚੀਜ਼ ਰਹਿ ਜੇ ਹੈ ਨਾ। ਬੱਚਿਆਂ ਦੇ ਨਾ ਰੈਪਰ ਵਗੈਰਾ ਕੁਛ ਮੇਰੀਆਂ ਲੀਲਾਂ ਰੂਲਾਂ ਦੇ ਪਤਾ ਨਹੀਂ ਕੀ ਕੀ ਸਮਾਨ ਇਹਨਾਂ ਨੇ ਥੱਲੇ ਸਿੱਟ ਰੱਖਿਆ ਸੀ, ਕੋਈ ਆਪਦਾ ਪੈਨਸਲ ਪੈੱਨ ਬਹੁਤ ਕੁਛ ਥਿਆਇਆ। ਅੱਗੇ ਨੂਰ ਲੱਭੀ ਜਾ ਰਹੀ ਸੀ ਕਹਿੰਦੀ ਕਿੰਨਾ ਕੁਛ ਥਿਆ ਗਿਆ ਕਿੰਨਾ ਕੁਛ ਥਿਆ ਗਿਆ ਮੈਨੂੰ ਨੀਚਿਓ। ਅਤੇ ਚਲੋ ਜੀ ਅੱਜ ਹੋ ਗਈ ਰੂਮ ਦੀ ਕਲੀਨਿੰਗ ਹੌਲੀ ਹੌਲੀ, ਬਸ ਇੱਕ ਅੱਧੇ ਦਿਨ 'ਚ ਕਰਾਂਗੇ ਆਪਾਂ ਅੱਗੇ ਜਾਂਦੀ ਹੈ ਨਾ। ਮੇਰੇ ਤੋਂ ਸਾਰਾ ਕੰਮ ਇਕੱਠਾ ਨਹੀਂ ਹੁੰਦਾ ਹੈ ਨਾ, ਕਿਉਂਕਿ ਜਿਹੜੇ ਆਪਣੇ ਸਾਈਡ ਕੰਮ ਹੁੰਦੇ ਨੇ ਉਹਨਾਂ ਦਾ ਕਰਕੇ ਨਾ ਲੋਟ ਨਹੀਂ ਆਉਂਦਾ ਹੈਗਾ ਫਿਰ। ਅਤੇ ਸਟੋਰ ਦੀ ਤਾਂ ਮੈਂ ਜਿਸ ਦਿਨ ਕਣਕ ਪਾਈ ਸੀ ਢੋਲ 'ਚ ਉਸ ਦਿਨ ਸਟੋਰ ਦੀ ਤਾਂ ਆਪਣੀ ਹੋ ਗਈ ਸੀ, ਅਤੇ ਇਹ ਰੂਮ ਦੀ ਵੀ ਹੋ ਗਈ। ਅਤੇ ਬਸ ਹੁਣ ਰਹਿ ਗਿਆ ਇਕੱਲਾ ਕਿਚਨ ਅਤੇ ਬ੍ਰਹਮਦੇਵ ਜੀ ਦੀ ਵੀ ਮੈਂ ਕਰਤੀ ਸੀਗੀ ਕਲੀਨਿੰਗ, ਵੀ ਚਲੋ ਇਕੱਲਾ ਹੁਣ ਕਿਚਨ ਦਾ ਕੰਮ ਰਹਿ ਗਿਆ, ਕਿਚਨ ਦੀ ਵੀ ਚਲੋ ਹੈ ਨਾ ਹੋ ਜੂਗੀ। ਅਤੇ ਚਲੋ ਬੱਚਿਆਂ ਦੇ ਸਹਿਯੋਗ ਨਾਲ ਅਲੱਗ ਲਗਾ ਕੇ ਹੀ ਕਰ ਹੀ ਲਿਆ ਹੈ ਨਾ ਆਪਣਾ ਕੰਮ ਆ ਜਿਹੜਾ ਪੂਰ ਚਾੜ ਹੀ ਗਿਆ। ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈ ਬੱਚਿਆਂ ਦੀ ਸੱਚੀ। ਅਤੇ ਲਓ ਜੀ ਆਪਾਂ ਬਸ ਇੱਥੇ ਹੁਣ ਪੋਚਾ ਐਨ ਚੰਗੀ ਤਰ੍ਹਾਂ ਮੈਂ ਲਗਾ ਦੂੰਗੀ। ਬੈੱਡਾਂ ਦੇ ਵਿੱਚ ਇੰਨਾ ਨਹੀਂ ਸੀਗਾ ਕੁਛ, ਮੈਂ ਪਹਿਲਾਂ ਬੈੱਡ ਵੀ ਵਿੱਚੋਂ ਦੇਖਦੀ ਸੀ, ਮੈਂ ਕਿਹਾ ਚਲੋ ਖੋਲ੍ਹ ਕੇ ਦੇਖ ਲਈਏ, ਪਰ ਇਹਨਾਂ ਦੇ ਵਿੱਚ ਨਾ ਵਿੱਚ ਕੁਛ ਵੀ ਨਹੀਂ ਸੀ, ਰੇਤਾ ਰਾਵਾ ਇੰਨਾ ਹੈ ਨਹੀਂ ਸੀਗਾ। ਅਤੇ ਬਾਕੀ ਮੇਰੀ ਆਦਤ ਆ ਜਦ ਮੈਂ ਕੋਈ ਵੀ ਕੱਪੜਾ ਕੁੱਪੜਾ ਕੱਢਦੀ ਹਾਂ ਨਾ ਮੈਂ ਵਿੱਚੋਂ ਮੈਂ ਨਾ ਸਾਰਾ ਕੁਛ ਹੀ ਬਾਹਰ ਕੱਢ ਕੇ ਧਰ ਲੈਂਦੀ ਹੈਗੀ। ਅਤੇ ਇਹ ਨਹੀਂ ਹੈਗਾ ਵੀ ਆਪਾਂ ਇੱਕ ਚੀਜ਼ ਹੀ ਕੱਢਣੀ ਆ, ਆਪਾਂ ਮੈਂ ਉਹੀ ਕੱਢੂੰਗੀ ਬਾਹਰ, ਮੇਰੀ ਇਹ ਆਦਤ ਹੀ ਆ, ਮੈਂ ਸਾਰਾ ਕੁਛ ਬਾਹਰ ਕੱਢ ਲੈਂਦੀ ਹਾਂ, ਫਿਰ ਮੈਂ ਦੁਬਾਰੇ ਤੋਂ ਸਾਰਾ ਕੁਛ ਧਰਦੀ ਹਾਂ ਹੈ ਨਾ। ਅਤੇ ਲਓ ਜੀ ਆਲਮੋਸਟ ਤਕਰੀਬਨ ਸਾਰੀ ਜਿਹੜੀ ਕਲੀਨਿੰਗ ਆ ਹੋ ਹੀ ਗਈ ਹੈਗੀ। ਅਤੇ ਬਸ ਇੱਥੇ ਆਪਾਂ ਬੈੱਡ ਵੀ ਨੇ ਜਿਹੜੇ ਕਰਦਾ ਗਿਆ ਨਾ ਚੰਗੀ ਤਰ੍ਹਾਂ ਸੈੱਟ, ਦੇ ਦੇਖੋ ਇੰਨਾ ਕੂੜਾ ਨਿਕਲਿਆ ਗਾ ਹੈ ਨਾ। ਅਤੇ ਬਸ ਹੁਣ ਜਿਹੜੇ ਗੱਦੇ ਨੇ ਆਪਾਂ ਝਾੜ ਝੂੜ ਕੇ ਉਹ ਵੀ ਲਿਆਵਾਂਗੇ ਬਾਹਰੋਂ। ਤੋਂ ਇੱਥੇ ਮੈਂ ਨਾ ਪੋਚਾ ਇੱਕ ਵਾਰੀ ਲਗਾ ਤਾ ਅਤੇ ਮੈਂ ਦੁਬਾਰੇ ਨਾ ਅਤੇ ਸਾਰਾ ਝਾੜੂ ਕੱਢ ਕੇ ਮੈਂ ਕਿਹਾ ਦੁਬਾਰੇ ਤੋਂ ਸਾਰੇ ਲਾ ਦੂੰਗੀ, ਵੀ ਜਿਵੇਂ ਬਰਾਂਡੇ 'ਚ ਵੀ ਹੋ ਗਿਆ ਅਤੇ ਇੱਥੇ ਵੀ ਹੈ ਨਾ। ਅਤੇ ਲਓ ਜੀ ਗੱਦੇ ਆਪਣੇ ਲਾ ਰੱਖੇ ਸੀ ਧੁੱਪੇ, ਅਤੇ ਹੁਣ ਆਪਾਂ ਜਿਹੜਾ ਕੂੜਾ ਕੱਢ ਕੇ ਸਾਰਾ ਅਤੇ ਗੱਦੇ ਵੀ ਚੱਕ ਲਿਆਵਾਂਗੇ। ਇੱਥੇ ਜਿਹੜੀ ਦਰੀ ਧੋਤੀ ਸੀ ਮੈਂ ਉਹ ਲੈ ਕੇ ਜਾਣ ਲੱਗੀ ਸੀ ਬਾਹਰੇ, ਮੈਂ ਕਿਹਾ ਇਹ ਵੀ ਹੁਣ ਨਾ ਨਾਲ ਦੀ ਨਾਲ ਹੀ ਚਲੋ ਸੁੱਕ ਜੂਗੀ। ਤਕਰੀਬਨ ਮੈਨੂੰ ਸਫਾਈ ਕਰਦੀ ਨੂੰ ਨਾ ਡੇਢ ਤੋਂ ਜਿਹੜੇ 2 ਘੰਟੇ ਨੇ ਲੱਗ ਗਏ ਸੀਗੇ ਅੰਦਰ ਅੰਦਰਲੇ ਇਕੱਲੇ ਰੂਮ ਦੀ ਸਫਾਈ ਕਰਦੀ ਨੂੰ ਹੈ ਨਾ। ਅਤੇ ਵਿੱਚ ਦੀ ਫੋਨ ਵਗੈਰਾ ਵੀ ਆ ਗਿਆ ਇੱਕ ਦੋ ਭੈਣਾਂ ਦਾ ਮੇਰੀਆਂ ਦਾ, ਮੈਂ ਉਹ ਸੁਣਨ ਲੱਗ ਗਈ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਟਾਈਮ ਆ ਤੁਹਾਨੂੰ ਪਤਾ ਨਾ ਲੱਗ ਹੀ ਜਾਂਦਾ ਗਾ। ਅਤੇ ਕੁਛ ਨਾਲ ਮੈਂ ਪਾਏ ਹੋਏ ਸੀਗੇ ਕੱਪੜੇ ਮਸ਼ੀਨ 'ਚ ਧੋਣੇ, ਅਤੇ ਮੈਂ ਕਿਹਾ ਨਾਲ ਨਾਲ ਆਪਣੇ ਕੱਪੜੇ ਧੋਤੇ ਜਾਣਗੇ, ਚਲੋ ਨਾਲ ਨਾਲ ਆਪਣੀ ਜਿਹੜੀ ਸਫਾਈ ਆ ਉਹ ਹੋ ਜੂ, ਨਾਲੇ ਆਪਣੇ ਜਿਹੜੇ ਬੈੱਡਾਂ ਦੇ ਗੱਦਿਆਂ ਦੇ ਕਵਰ ਵਗੈਰਾ ਨੇ ਪਰਦੇ ਵਗੈਰਾ ਨੇ ਹੈ ਨਾ, ਅਤੇ ਉਹ ਵੀ ਮੈਂ ਕਿਹਾ ਮੈਂ ਨਾਲ ਦੀ ਨਾਲ ਹੀ ਧੋ ਦੂੰ, ਅਤੇ ਸਫਾਈ ਹੋਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਉਹਨਾਂ ਨੂੰ ਕਰ ਦਾਂਗੇ ਸੈੱਟ ਹੈ ਨਾ। ਅਤੇ ਲਓ ਜੀ ਸਾਰਾ ਕੂੜਾ ਵਗੈਰਾ ਆਪਾਂ ਨੇ ਕੱਢਤਾ ਬਾਹਰ, ਅਤੇ ਨੂਰ ਵੀ ਗੇੜ ਦਿੰਦੀ ਫਿਰ ਰਹੀ ਹੈ, ਇਹ ਤਾਂ ਬਿਲਕੁਲ ਵੀ ਨਹੀਂ ਠੀਕ ਹੈਗੀ। ਅਤੇ ਇਸ ਤੋਂ ਬਸ ਬਸ ਜਿਹੜਾ ਰਹਿ ਗਿਆ ਹੈ ਨਾ ਫਰਨੀਚਰ ਵਗੈਰਾ ਦੇ, ਥੋੜ੍ਹਾ ਜਿਹਾ ਆਪਾਂ ਕੱਪੜਾ ਹੈ ਨਾ ਗਿੱਲਾ ਕਰਕੇ ਮਾਰ ਦਾਂਗੇ ਐਨ ਚੰਗੀ ਤਰ੍ਹਾਂ। ਕਲੀਨੋ ਵਗੈਰਾ ਮੇਰੇ ਕੋਲ ਇੱਥੇ ਹੈ ਨਹੀਂ ਸੀਗਾ, ਅਤੇ ਇਹ ਦੇਖੋ ਇੱਥੇ ਮੈਂ ਨਾ ਬਰੱਸ਼ ਹੀ ਚੱਕ ਲਿਆ,
ਬਰੱਸ਼ ਚੱਕ ਲਿਆ, ਮੈਂ ਕਿਹਾ ਚਲੋ ਇਹਦੇ ਨਾਲ ਹੀ ਕਰਦੀਆਂ ਹਨ ਚੰਗੀ ਤਰ੍ਹਾਂ, ਵੀ ਜਿਹੜਾ ਮਾੜਾ ਮੋਟਾ ਕੁਛ ਧੰਦਿਆਈ ਵਗੈਰਾ ਜੀ ਹੁੰਦੀ ਹੈ ਜਿਵੇਂ ਬੱਚਿਆਂ ਦੇ ਨਾ ਹੱਥ ਹੁੱਥ ਜੇ ਲੱਗ ਜਾਂਦੇ ਨੇ ਵੀ ਆਪਾਂ ਉਹ ਇਹਦੇ ਨਾਲ ਕਰ ਦਾਂਗੇ ਸਾਫ਼, ਅਤੇ ਨਾਲੇ ਜਿਹੜੀ ਕੁਛ ਆਪਣੀਆਂ ਇਹ ਪਿੱਕਾਂ ਲੱਗੀਆਂ ਹੋਈਆਂ ਨੇਗੀਆਂ ਅਤੇ ਇੱਕ ਪਿੱਛੇ ਗੁਰਬਾਣੀ ਦਾ ਲੱਗੇ ਹੋਊ, ਮੈਂ ਕਿਹਾ ਚਲੋ ਸਾਫ਼ ਕਰ ਦਾਂਗੇ ਇਹਦੇ ਨਾਲ ਹੀ। ਅਤੇ ਇਹ ਤਾਂ ਮੈਂ ਤਕਰੀਬਨ ਹੈ ਨਾ ਰੋਜ਼ ਵਾਂਗੂ ਕਰਦੀ ਰਹਿੰਦੀ ਹਾਂ ਜਿਹੜੇ ਪਿੱਕਾਂ ਵਗੈਰਾ ਲੱਗੀਆਂ ਹੈ ਨਾ, ਜਿਸ ਦਿਨ ਆਪਾਂ ਥੋੜ੍ਹੀ ਮੋਟੀ ਡਸਟਿੰਗ ਵਗੈਰਾ ਕਰਦੇ ਹਾਂ, ਮੇਰੀ ਆਦਤ ਇਹ ਤਾਂ ਆਪਾਂ ਕਰ ਹੀ ਲੈਂਦੇ ਹਾਂ, ਪਰ ਜਿਹੜਾ ਡੀਪਲੀ ਹੋ ਗਿਆ ਜਿਵੇਂ ਆਪਾਂ ਬੈੱਡ ਵਗੈਰਾ ਖਿਸਕਾ ਕੇ ਕਰਦੇ ਹਾਂ ਉਹ ਚੀਜ਼ ਨਹੀਂ ਇੰਨੀ ਹੁੰਦੀ ਹੈਗੀ, ਅਤੇ ਉਹ ਕਰਨ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੈਗਾ। ਅਤੇ ਨਾਲ ਹੀ ਆਪਾਂ ਜਿਹੜੀ ਵਿੰਡੋ ਹੈਗੀ ਇਹ ਵੀ ਕਰ ਦਾਂਗੇ ਐਨ ਚੰਗੀ ਤਰ੍ਹਾਂ ਸਾਫ਼, ਅਤੇ ਉੱਧਰੋਂ ਜਿਹੜੀ ਟੀ ਵੀ ਵਗੈਰਾ ਆਪਣਾ ਦੂਜਾ ਪਿਆ ਉਹਦੀ ਵੀ ਨਾਲ ਨਾਲ ਸਫਾਈ ਕਰ ਦਾਂਗੇ ਹੈ ਨਾ। ਘਰ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਹੈ ਨਾ, ਚਾਹੇ ਕੱਚਾ ਅਤੇ ਚਾਹੇ ਪੱਕਾ ਹੈ ਨਾ, ਸਫਾਈ ਤਾਂ ਕਰਨੀ ਹੈ ਨਾ ਜ਼ਰੂਰੀ ਹੋ ਜਾਂਦੀ ਹੈ। ਇਹ ਨਹੀਂ ਹੈਗਾ ਵੀ ਆਪਾਂ ਪੱਕਾ ਘਰ ਹੀ ਹੋਵੇ ਜਾਂ ਆਪਣਾ ਵੱਡਾ ਘਰ ਹੀ ਹੋਵੇ ਫਿਰ ਹੀ ਆਪਾਂ ਨੇ ਸਫਾਈ ਕਰਨੀ ਹੈਗੀ, ਅਤੇ ਜਿਹੋ ਜਿਹਾ ਵੀ ਘਰ ਆ ਨਾ ਮੈਨੂੰ ਤਾਂ ਇਹ 'ਚ ਹੀ ਖੁਸ਼ੀ ਮਿਲਦੀ ਆ ਆਪਣੇ ਘਰ 'ਚ। ਮੈਨੂੰ ਇਹ ਨਹੀਂ ਹੈਗਾ, ਮੈਂ ਕਦੇ ਵੀ ਇਹ ਚੀਜ਼ ਨਹੀਂ ਸੋਚੀ ਵੀ ਆਪਣਾ ਐਡਾ ਵੱਡਾ ਘਰ ਹੋਵੇ ਜਾਂ ਆਹ ਚੀਜ਼ ਹੋਵੇ ਹੈ ਨਾ, ਜਾਂ ਇੰਨੇ ਕਮਰੇ ਹੋਣ, ਮੈਨੂੰ ਤਾਂ ਬਸ ਇਹਦੇ ਵਿੱਚ ਹੀ ਖੁਸ਼ ਹਾਂ ਮੈਂ ਤਾਂ ਜਿਸ ਤਰ੍ਹਾਂ ਦਾ ਮੇਰੇ ਕੋਲ ਪਰਮਾਤਮਾ ਨੇ ਬਖਸ਼ਿਆ। ਕੋਈ ਗੱਲ ਨਹੀਂ, ਜਦੋਂ ਪਰਮਾਤਮਾ ਨੇ ਚਾਹਿਆ ਆਪਣਾ ਵੱਡਾ ਘਰ ਵੀ ਜ਼ਰੂਰ ਬਣੂੰਗਾ ਹੈ ਨਾ। ਅਤੇ ਮੇਨ ਆਪਣੇ ਮਨ ਦੀ ਸੰਤੁਸ਼ਟੀ ਹੁੰਦੀ ਆ, ਮੋਹ ਪਿਆਰ ਹੁੰਦਾ ਹੈ ਨਾ, ਉਹ ਚੀਜ਼ ਜ਼ਰੂਰੀ ਹੁੰਦੀ ਹੈਗੀ। ਅਤੇ ਲਓ ਜੀ ਸਫਾਈ ਆਪਣੀ ਆਲਮੋਸਟ ਸਾਰੀ ਹੋ ਗਈ, ਰਹਿ ਗਿਆ ਹੁਣ ਮੇਰਾ ਇਕੱਲਾ ਡਰੈਸਿੰਗ ਟੇਬਲ ਵਿੱਚੋਂ ਸਾਫ਼ ਕਰਨ ਨਾਲ, ਇਹ ਮੈਂ ਕਰੂੰਗੀ ਬਾਅਦ ਦੇ ਵਿੱਚ। ਅਤੇ ਮੈਂ ਕਿਹਾ ਚਲੋ ਗੇਰਾ ਸੈੱਟ ਕਰ ਦਈਏ ਜਿਹੜਾ ਸਾਰਾ ਸਮਾਨ ਹੈਗਾ। ਅਤੇ ਨਾਲ ਨਾਲ ਇੱਥੇ ਬੱਚੇ ਲੱਗ ਗਏ ਸੀ, ਮੈਂ ਬੇਟੀ ਨੂੰ ਲਾਇਆ, ਮੈਂ ਕਿਹਾ ਤੂੰ ਨਾ ਹੁਣ ਪੜਦੇ ਆਪਣੇ ਸੁੱਕ ਗਏ ਸੀਗੇ, ਮੈਂ ਧੋ ਕੇ ਜਿਹੜੇ ਪੜਦੇ ਨੇ ਸੁੱਕਣੇ ਪਾਤੇ ਸੀ, ਨਾ ਉਹਦੇ ਨਾਲ ਸੁੱਕ ਗਏ, ਕਿਉਂਕਿ ਜਿਹੜਾ ਕੱਪੜਾ ਹੁੰਦਾ ਨਾ ਸਿੰਥੈਟਿਕ ਜਿਹਾ ਹੀ ਹੁੰਦਾ, ਇਹਨਾਂ ਨੂੰ ਸੁੱਕਣ 'ਚ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਅਤੇ ਮੈਂ ਕਿਹਾ ਹੁਣ ਤੂੰ ਨਾਲ ਦੀ ਨਾਲ ਇਹਨਾਂ ਨੂੰ ਸੈੱਟ ਹੁਣ ਕਰ ਹੀ ਦੇ ਹੈ ਨਾ। ਅਤੇ ਫਿਰ ਤਾਂ ਨਹੀਂ, ਫਿਰ ਘੋਲ ਦੀ ਘੋਲ ਜੀ ਹੁੰਦੀ ਰਹਿੰਦੀ ਹੈ ਨਾ, ਜੇਕਰ ਕੋਈ ਹੋਰ ਕੰਮ ਕਰਨ ਲੱਗ ਗਏ ਇੱਧਰਲੀ ਸਾਈਡ ਵਾਲੇ ਵੀ, ਜਿਹੜੇ ਆਪਾਂ ਪੜਦੇ ਨੇ ਲਗਾ ਦਾਂਗੇ ਅਤੇ ਉੱਧਰਲੇ ਪੜਦੇ ਵੀ। ਅਤੇ ਪੜਦਿਆਂ ਦੇ ਨਾ ਇੱਕ ਦੋ ਇੱਥੇ ਕੜੇ ਜਿਹੇ ਨਿਕਲੇ ਪਏ ਨੇ, ਮੈਂ ਸੋਚ ਰਹੀ ਸੀ ਵੀ ਇਹਨਾਂ ਨੂੰ ਮੈਂ ਕਿਵੇਂ ਉਹ ਕਰਾਂ। ਅਤੇ ਕਈ ਵਾਰ ਮੈਂ ਸੋਚਿਆ ਵੀ ਚਲੋ ਪੜਦੇ ਹੋਰ ਲੈ ਕੇ ਆਈਏ, ਫਿਰ ਮੈਂ ਸੋਚਿਆ ਮੈਂ ਕਿਹਾ ਹਾਲੇ ਵਧੀਆ ਪਏ ਨੇ ਵੀ ਇਹਨਾਂ ਨੂੰ ਕੁਛ ਨਹੀਂ ਹੋਇਆ, ਕਿਤੋਂ ਵੀ ਖਰਾਬ ਨਹੀਂ ਹੋਏ ਇਹ ਪੜਦੇ। ਤਕਰੀਬਨ ਮੇਰੇ ਕੋਲ ਨਾ ਹੋ ਗਏ ਕਈ ਸਾਲ ਹੀ ਹੋ ਗਏ, ਮੇਰੇ ਇੰਦਾ ਵੀ ਨਹੀਂ ਯਾਦ ਵੀ ਮੈਂ ਕਿੰਨੇ ਸਾਲ ਹੋ ਗਏ, ਬਹੁਤ ਵਧੀਆ ਪੜਦੇ ਪਏ ਨੇ ਕੱਪੜਾ ਇਹਨਾਂ ਦਾ, ਸੱਚੀ ਸਟੱਫ ਨਾ ਬਹੁਤ ਜ਼ਿਆਦਾ ਵਧੀਆ ਨਿਕਲਿਆ ਵਾ। ਅਤੇ ਮੈਂ ਕਿਹਾ ਕੜਿਆਂ ਦਾ ਕੜੇ ਇਹ ਲੱਗ ਵੀ ਜਾਂਦੇ ਨੇ, ਮੈਂ ਕਿਹਾ ਜਿਸ ਦਿਨ ਬਾਜ਼ਾਰ ਗਈ ਨਾ ਮੈਂ ਇਹਨਾਂ ਨੂੰ ਲੈ ਕੇ ਜਾਊਂਗੀ ਵੀ ਉੱਥੇ ਹੀ ਕੜੇ ਨੇ ਜਿਹੜੇ ਬਾਜ਼ਾਰੋਂ ਵੀ ਲਗਵਾ ਲਿਆਵਾਂਗੇ ਆਪਾਂ। ਅਤੇ ਲਓ ਜੀ ਇੱਥੇ ਬਸ ਹੁਣ ਮੈਂ ਲੱਗ ਗਈ ਸੀਗੀ ਗੱਦੇ ਝਾੜਨ, ਜਿਹੜਾ ਮਾੜਾ ਮੋਟਾ ਇਹਨਾਂ 'ਚ ਵੀ ਰੇਤਾ ਰਾਵਾ ਜਿਹਾ ਹੋਇਆ। ਅਤੇ ਆਪਾਂ ਇਹ ਵੀ ਅੰਦਰ ਅਪਡੇਟ ਕਰਾ ਦਈਏ ਬੈੱਡਾਂ 'ਤੇ ਆਪਦੀ ਸਹੀ ਜਗ੍ਹਾ 'ਤੇ, ਇਹਨਾਂ ਨੂੰ ਵੀ ਹੈ ਨਾ ਪਹੁੰਚਾ ਦਈਏ। ਲਓ ਜੀ ਨਾਲ ਦੀ ਨਾ ਬਸ ਮੇਰੇ ਕੱਪੜੇ ਵੀ ਉੱਧਰ ਧੋਤੀ ਗਏ ਸੀ ਤਕਰੀਬਨ ਸਾਰੇ, ਅਤੇ ਆਪਾਂ ਗੱਦੇ ਵੀ ਆਪਣੀ ਸਹੀ ਜਗ੍ਹਾ 'ਤੇ ਪਹੁੰਚਾ ਤੇ, ਅਤੇ ਨਾਲ ਨਾਲ ਆਪਾਂ ਇਹਨਾਂ ਦੀ 'ਚ ਬੈੱਡ ਸ਼ੀਟ ਵੀ ਵਿਛਾ ਦਾਂਗੇ। ਦੇਖੋ ਜੀ ਹੋ ਗਈ ਆਪਣੇ ਰੂਮ ਦੀ ਸਾਰੀ ਓਵਰ ਕਲੀਨਿੰਗ ਖਤਮ। ਅਤੇ ਕਿਵੇਂ ਦੀ ਲੱਗੀ ਤੁਹਾਨੂੰ ਮੇਰੀ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰਿਓ, ਅਤੇ ਅੱਗੇ ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਜਿਹੜੇ ਫਸਟ ਟਾਈਮ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।